ਦੇਖੋ ਮਿਨੀਮਮ ਸਪੋਰਟ ਪ੍ਰਾਈਸ MSP ਜਦੋਂ ਤੋਂ ਬਣੀ ਹੈ, ਕਰੀਬ 50 ਸਾਲ ਦੇ ਕਰੀਬ ਹੋ ਗਏ ਨੇ, ਉਦੋਂ ਤੋਂ ਸਟੇਟ ਗਵਰਨਮੈਂਟ ਦੀ ਏਜੰਸੀਆਂ ਵੀ ਖਰੀਦੀਆਂ ਨੇ ਔਰ ਸੈਂਟਰ ਗਵਰਨਮੈਂਟ ਦੀ ਏਜੰਸੀਆਂ ਵੀ ਖਰੀਦੀਆਂ ਨੇ। ਸੈਂਟਰ ਗਵਰਨਮੈਂਟ ਦੀ ਸਿਰਫ FCI ਹੈ ਜਿਹੜੀ ਕਿ ਕਾਫੀ ਪੋਰਸ਼ਨ ਖਰੀਦੀ ਹੈ, ਔਰ ਬਾਕੀ ਸਟੇਟ ਦੀ ਏਜੰਸੀਆਂ ਐਗਰੋ ਇੰਡਸਟਰੀ, FCI, ਆਪਣਾ ਸਿਵਲ ਸਪਲਾਈ, ਮਾਰਕਫੈਡ, ਇਹ ਸਾਰੀਆਂ ਏਜੰਸੀਆਂ ਖਰੀਦੀਆਂ ਨੇ ਔਰ ਇਹ ਪੁਰਾਣਾ ਦਸਤੂਰ ਚੱਲਿਆ ਆ ਰਿਹਾ। ਇਸ ਵਾਰੀ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਸਟੇਟ ਦੀਆਂ ਏਜੰਸੀਆਂ ਕਣਕ ਨਹੀਂ ਖਰੀਦਣਗੀਆਂ ਔਰ ਉਹ ਸੈਂਟਰ ਗਵਰਨਮੈਂਟ ਨੂੰ ਲਿਖ ਰਹੇ ਹੈ ਕਿ ਸਾਰੀ ਦੀ ਸਾਰੀ ਕਣਕ ਜਿਹੜੀ ਆ ਉਹ FCI ਖਰੀਦੇ, ਜਦਕਿ ਪੋਸੀਬਲ ਨਹੀਂ ਹੈ FCI ਕਿ ਸਾਰੀ ਉਹ ਕਣਕ ਖਰੀਦ ਸਕੇ। ਮੈਂ ਸਮਝਦਾ ਕਿ MSP ਦੇ ਉੱਪਰ ਅਗਰ ਕਣਕ ਦੀ ਖਰੀਦ ਨਾ ਹੋਈ ਤਾਂ ਜ਼ਿਮੀਂਦਾਰਾਂ ਦੀ ਕਣਕ ਮੰਡੀਆਂ ਵਿੱਚ ਰੁੱਲ ਜਾਏਗੀ ਔਰ ਜ਼ਿਮੀਂਦਾਰ ਮਜ਼ਬੂਰ ਹੋ ਜਾਏਗਾ ਉਹਨੂੰ ਆਪਣੇ ਸਸਤੇ ਭਾਅ ਵਪਾਰੀਆਂ ਨੂੰ ਵੇਚਣ ਦੇ ਉੱਪਰ, ਜੋ ਕਿ MSP ਦੀ ਪ੍ਰਾਈਸ ਵੀ ਉਹਨੂੰ ਨਹੀਂ ਮਿਲੇਗੀ। ਇਹ ਬੜਾ ਮੰਦਭਾਗਾ ਫੈਸਲਾ ਪੰਜਾਬ ਸਰਕਾਰ ਨੇ ਕੀਤਾ ਹੈ। ਮੇਰੀ ਇਹ ਰਿਕੁਐਸਟ ਹੈ ਕੈਪਟਨ ਸਾਹਿਬ ਨੂੰ ਕਿ ਪਹਿਲਾਂ ਹੀ ਤੁਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਸਾਰੇ ਕਰਜ਼ੇ ਮਾਫ਼ ਕਰਾਂਗਾ, ਚਾਹੇ ਵਾਰਤੀਆਂ ਦੇ ਨੇ, ਚਾਹੇ ਨੈਸ਼ਨਲਾਈਜ਼ ਬੈਂਕਾਂ ਦੇ ਨੇ, ਜਿਹੜੇ ਤੁਸੀਂ ਨਹੀਂ ਕਰ ਸਕੇ, ਔਰ ਅੱਜ ਪੰਜਾਬ ਦੀ ਕਿਸਾਨੀ ਰੁਲਦੀ ਪਈ ਹੈ। ਜੇ ਪੰਜਾਬ ਦੀ ਮੰਡੀਆਂ 'ਚੋਂ ਕਣਕ ਨਾ ਉੱਠੀ ਤਾਂ ਕਿਸਾਨ ਮਜਬੂਰ ਹੋ ਜਾਣਗੇ ਸੜਕਾਂ ਉੱਪਰ ਉਤਰਨ ਵਾਸਤੇ। ਕਿਰਪਾ ਕਰਕੇ ਇਹ ਕੰਮ ਨਾ ਕਰੋ, ਜੋ ਮਰਜ਼ੀ ਹੈ MSP ਦੇ ਉੱਪਰ ਜਿਸ ਤਰ੍ਹਾਂ ਅੱਗੇ ਦਸਤੂਰ ਚੱਲਿਆ ਆ ਰਿਹਾ, ਸਟੇਟ ਦੀਆਂ ਏਜੰਸੀਆਂ ਔਰ ਸੈਂਟਰ ਗਵਰਨਮੈਂਟ ਦੀ ਏਜੰਸੀ ਮਿਲ ਕੇ ਕਣਕ ਖਰੀਦੀਆਂ ਨੇ, ਇਹ ਦਸਤੂਰ ਜਾਰੀ ਰਹਿਣਾ ਚਾਹੀਦਾ। ਇਹ ਬੜਾ ਮੰਦਭਾਗਾ ਫੈਸਲਾ ਹੋਏਗਾ ਜੇ ਪੰਜਾਬ ਸਰਕਾਰ ਨੇ ਲਾਗੂ ਕੀਤਾ। ਥੈਂਕ ਯੂ ਵੈਰੀ ਮੱਚ। ਦੇਖੋ ਕਿਸਾਨ ਅੱਗੇ ਹੀ ਰੁਲਦਾ ਪਿਆ, ਕਿਸਾਨੀ ਮਜਬੂਰ ਹੈ, ਕਰਜ਼ੇ ਵਿੱਚ ਹੈ, ਅਤੇ ਜੇ ਕਿਸਾਨ ਦੀ ਕਣਕ ਨਾ ਵਿਕੀ, ਕਿਸਾਨ ਤਾਂ ਅੱਗੇ ਸੋਚਦਾ ਕਿ ਮੇਰੀ ਕਣਕ ਪੱਕੇ, ਮੈਂ ਮੰਡੀ 'ਚ ਲੈ ਕੇ ਜਾਵਾਂ ਅਤੇ ਮੈਂ ਵੇਚ ਕੇ ਆਪਣੇ ਪੈਸੇ ਕਰਾਂ ਔਰ ਲੋਕਾਂ ਦੇ ਔਰ ਘਰ ਦੇ ਖਰਚ ਆਪਣੇ ਚਲਾਵਾਂ, ਅਤੇ ਜੇ ਉਹਦੀ ਕਣਕ ਹੀ ਸਸਤੇ ਭਾਅ ਦੇ ਵਿਕੇਗੀ ਜਾਂ ਰੁਲ ਜਾਏਗੀ ਤਾਂ ਫਿਰ ਕਿਸਾਨ ਕੀ ਕਰੇਗਾ ਵਿਚਾਰਾ? ਉਹ ਮਜਬੂਰ ਹੋ ਜਾਏਗਾ ਕਿ ਉਹ ਜਾਂ ਤਾਂ ਫਿਰ ਕੋਈ ਨਾ ਕੋਈ ਵਾਇਲੈਂਸ ਕਰੇਗਾ, ਜਾਂ ਜਿਹੜੇ ਡਿਪਰੈਸ਼ਨ ਦੇ ਪੇਸ਼ੈਂਟ ਨੇ ਵਿਚਾਰੇ ਉਹ ਆਪਣੀ ਖੁਦਕੁਸ਼ੀ ਕਰਨਗੇ।